ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਅਮੀਰਕਰਦੇ ਸਾਰਿਆਂ ਨੇ ਚੜ੍ਹਦੀ ਕਲਾ ਚੋਂਗੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਇੱਕ ਤੁਸੀਂ ਸਮਝ ਗਏ ਹੋਗੇ ਕਿ ਜਿਹੜੀ ਇਹ ਵੀਡੀਓ ਝੋਨੇ ਦੀਆਂ ਸਪਰਿਆਂ ਦੇ ਨਾਲ ਹੀ ਲਿੰਕ ਕਰਦੀ ਹੈ ਕਿਉਂਕਿ ਹੁਣ ਦੇਖ ਸਕਦੇ ਆਂ ਝੋਨਾ ਜਿਹੜਾ ਆ ਉਹ ਆਪਣੀਆਂ ਨਾਲੀਆਂ ਫੁੱਲ ਚੁੱਕੀਆਂ ਆ ਥੋੜੇ ਦਿਨਾਂ ਦੇ ਵਿੱਚ ਵਿੱਚ ਮੁੰਜਰਾਂ ਬਾਹਰ ਨਿਕਲ ਆਉਣਗੀਆਂ ਸੋ ਇਸ ਕਰਕੇ ਜਿਹੜੀਆਂ ਹੁਣ ਝੋਨੇ ਨੂੰ ਆਪਾਂ ਨੂੰ ਬਿਮਾਰੀਆਂ ਤੋਂ ਸਖਤ ਤੇ ਉਸ ਆਖਤ ਤਰੀਕੇ ਨਾਲ ਬਚਾ ਕੇ ਰੱਖਣ ਦੀ ਲੋੜ ਹੈ ਤੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕੀਤਾ ਹੋਇਆ ਅਟੈਕ ਝਾੜ ਤੇ ਬਹੁਤ ਜ਼ਿਆਦਾ ਫਰਕ ਪਾਉਂਦਾ ਹੈ। ਸੋ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੇ ਉਹਨਾਂ ਲਈ ਕਿਹੜੀ-ਕਿਹੜੀ ਸਪਰੇ ਵਧੀਆ ਹੈ ਉਹ ਆਪਾਂ ਇਸ ਵੀਡੀਓ 'ਚ ਹੁਣ ਗੱਲ ਕਰਨ ਜਾ ਰਹੇ ਹਾਂ। ਸਾਰਿਆਂ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਿਉਂਕਿ ਤੁਹਾਡੀ ਦਿੱਤੀ ਹੋਈ ਸਪੋਰਟ ਦੇ ਨਾਲ ਹਿੰਮਤ ਮਿਲਦੀ ਹੈ ਤੇ ਆਪਾਂ ਹੋਰ ਵੀਡੀਓ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਸੋ ਸਾਰਿਆਂ ਤੋਂ ਪਹਿਲਾਂ ਜਿਹੜੀ ਇਸ ਟਾਈਮ ਤੇ ਝੋਨੇ ਦੇ ਵਿੱਚ ਬਿਮਾਰੀ ਇਹਨਾਂ ਦਿਨਾਂ ਦੇ ਵਿੱਚ ਹਰੇਕ ਸਾਲ ਆਉਂਦੀ ਹੈ ਤੇ ਕਈਆਂ ਥਾਵਾਂ ਤੇ ਅੱਜ ਆਈ ਵੀ ਹੋਊਗੀ ਤੇ ਉਹ ਜਿਹੜੀ ਬਿਮਾਰੀ ਹੈ ਉਹ ਹੈਗੀ ਹੈ ਜੀ ਸ਼ੀਥ ਬਲਾਈਟ ਸ਼ੀਥ ਬਲਾਈਟ ਤੋਂ ਹੁਣ ਤੁਸੀਂ ਨਾਮ ਤੋਂ ਹੀ ਆਪਾਂ ਸਮਝ ਜਾਣੇ ਆ ਕਿ ਇਹ ਬਿਮਾਰੀ ਜਿਹੜੀ ਤਣੇ ਦੇ ਨਾਲ ਸੰਬੰਧਤ ਹੈ ਇਹ ਜਿਹੜੀ ਬਿਮਾਰੀ ਹੈ ਜੀ ਇਹਦੇ ਨਾਲ ਜਿਹੜਾ ਤਣੇ ਦੇ ਉੱਪਰ ਗਰੇ ਰੰਗ ਦੇ ੱੱਬੇ ਇਹੜੇ ਆ ਉਹ ਪੈਣੇ ਸ਼ੁਰੂ ਹੋ ਜਾਂਦੇ ਆ ਗਰੇ ਰੰਗ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਜੇ ਦੇ ਨਾਲ ਮੁੰਜਰ ਵੀ ਵਿੱਚੋਂ ਖਰਾਬ ਹੁੰਦੀ ਹੈ ਤੇ ਦਾਣੇ ਦਾ ਫੇਰ ਖਰਾਬ ਹੋਣਗੇ ਹੀ ਸੋ ਆਪਾਂ ਨੂੰ ਹੁਣ ਬਿਮਾਰੀ ਦੀ ਪਤਾ ਲੱਗ ਗਈ ਹੈ ਪਛਾਣ ਹੋ ਗਈ ਹੈ ਇਸ ਤੋਂ ਇਲਾਵਾ ਇਹਨਾਂ ਦਿਨਾਂ ਦੇ ਵਿੱਚ ਝੋਨੇ ਦੇ ਉੱਪਰ ਕੀਟਾਂ ਦਾ ਬਹੁਤ ਜ਼ਿਆਦਾ ਅਟੈਕ ਹੋ ਜਾਂਦਾ ਆ ਗੋਬ ਦੀ ਸੁੰਡੀ ਹੈ ਜਿਹੜੀ ਉਹ ਬਹੁਤ ਅੰਡੇ ਦੇ ਦਿੰਦੀ ਹੈ ਇਹਨਾਂ ਦਿਨਾਂ ਦੇ ਵਿੱਚ ਵਿੱਚ ਹੀ ਕਿਉਂਕਿ ਫੇਰ ਜਿਹੜੀਆਂ ਮੁੰਜਰਾਂ ਆ ਉਹ ਫੋਕੀਆਂ ਨਿਕਲਦੀਆਂ ਆ ਠੀਕ ਹੈ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਦਾ ਕਾਰਨ ਹੈ ਇਹ ਇਹਨਾਂ ਦਿਨਾਂ ਦੇ ਵਿੱਚ ਅਟੈਕ ਹੋਣ ਦਾ ਕਾਰਨ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਫਸਲ ਹੈ ਉਹ ਆਪਣੀਆਂ ਮੁੰਜਰਾਂ ਬਾਹਰ ਕੱਢਣ ਸੋ ਆਪਣਾ ਕੋਸ਼ ਫਰਜ਼ ਬਣਦਾ ਹੈ ਕਿ ਆਪਾਂ ਫਸਲ ਨੂੰ ਬਚਾ ਕੇ ਰੱਖੀਓ ਆਪਾਂ ਇੰਨੀ ਮਿਹਨਤ ਕੀਤੀ ਸਭ ਤੋਂ ਪਹਿਲਾਂ ਜੇ ਆਪਾਂ ਦੇਖੀਏ ਦੋ ਕਾਰਨ ਹੁੰਦੇ ਆ ਜੇ ਆਪਾਂ ਪਹਿਲਾਂ ਸਪਰੇਅ ਕਰ ਦਵਾਗੇ ਹੁਣ ਜਿੱਦਾਂ ਨਾਲੀਆਂ ਫੁੱਲੀਆਂ ਨੇ ਨਾਲੀਆਂ ਥਾਂਵੇਂ ਦਿਖਾ ਰਿਹਾ ਆਂ ਆ ਦੇਖ ਸਕਦੇ ਪੇਪਾਂ ਜਿਹੜੀਆਂ ਇਹਦੀਆਂ ਫੁੱਲ ਚੁੱਕੀਆਂ ਝੋਨੇ ਦੀਆਂ ਹੈਨਾ ਸੋ ਜੇ ਆਪਾਂ ਇਸ ਟਾਈਮ ਤੇ ਸਪਰੇਅ ਕਰ ਦਵਾਂਗੇ ਤਾਂ ਆਪਣੀਆਂ ਜਿਹੜੀਆਂ ਮੁੰਜਰਾਂ ਨੇ ਉਹ ਖਰਾਬ ਨਹੀਂ ਹੋਣਗੀਆਂ ਵਿੱਚ ਦਾਗ ਹੀ ਦਾਣੇ ਨਹੀਂ ਹੋਣਗੇ ਉਹਨਾਂ ਤੇ ਕੋਈ ਫੰਗਸ ਅਟੈਕ ਨਹੀਂ ਕਰੇਗੀ ਕੋਈ ਕੀਟ ਅਟੈਕ ਨਹੀਂ ਕਰੇਗਾ ਕਹਿਣ ਦਾ ਭਾਵ ਹੈ ਪ੍ਰੋਟੈਕਟਿਵ ਸਪਰੇਅ ਹਾਲਾਂਕਿ ਇਸ ਝੋਨੇ ਦੇ ਵਿੱਚ ਕੋਈ ਖਾਸ ਅਡਾ ਲੱਛਣ ਨਹੀਂ ਨਜ਼ਰ ਆ ਰਿਹਾ ਇਸ ਟਾਈਮ ਬਿਮਾਰੀ ਦਾ ਪਰ ਸਪਰੇਅ ਕੀਤੀ ਹੋਊਗੀ ਆਨ ਆਏ ਟਾਈਮ 'ਚ ਅਟੈਕ ਪੱਕਾ ਹੋਵੇਗਾ ਹੀ ਹੋਵੇਗਾ ਕਿਉਂਕਿ ਆਪਾਂ ਝੋਨੇ ਦੇ ਵਿੱਚ ਪਾਣੀ ਇਹਨਾਂ ਦਿਨਾਂ ਦੇ ਵਿੱਚ ਹੁਣ ਗਾਂ ਵਧਾਉਣਾ ਆ ਜਦੋਂ ਬੂਰ ਤੇ ਆ ਜਾਣਾ ਝੋਨਾ ਹੈ ਨਾ ਸੋ ਇਸ ਕਰਕੇ ਜੇ ਆਪਾਂ ਸਪਰੇ ਗੋਭ ਭਰੀਓ ਤੇ ਹੁਣ ਜਿਹੜਾ ਪੈਪਾ ਫੁੱਲੀਆਂ ਤੇ ਸਪਰੇ ਕਰ ਦਵਾਂਗੇ ਉਹ ਸਾਰਿਆਂ ਤੋਂ ਵਧੀਆ ਟਾਈਮ ਹੁੰਦਾ ਆ ਕਿਉਂਕਿ ਫਿਰ ਆਪਾਂ ਬੂਰ ਪੈ ਤੇ ਵਿੱਚ ਨਹੀਂ ਵੜਨਾ ਫੋਕ ਦਾ ਕਾਰਨ ਬਣਾਂਗੇ ਬਣੇਗਾ ਫਿਰ ਉਹ ਸੋ ਇਹ ਤਾਂ ਤੁਹਾਨੂੰ ਪਤਾ ਲੱਗ ਗਿਆ ਕਿ ਬਲਾਈਟ ਹੁੰਦੀ ਕੀ ਆ ਸ਼ੀਥ ਬਲਾਈਟ ਹੈ ਜਿਹੜੀ ਹੁਣ ਆਪਾਂ ਕਰਦੇ ਆ ਕਿ ਇਹਦੇ ਲਈ ਆਪਾਂ ਕਿਹੜੀਆਂ-ਕਿਹੜੀਆਂ ਸਪਰੇਆਂ ਵਰਤ ਸਕਦੇ ਆ ਹੈਨਾ ਉਹ ਜ਼ਰੂਰੀ ਹੈ ਸਭ ਤੋਂ ਪਹਿਲੀ ਗੱਲ ਮੈਂ ਤੁਹਾਨੂੰ ਇਹ ਦੱਸ ਦਵਾ ਕਿਸੇ ਵੀ ਬ੍ਰਾਂਡ ਦੇ ਮਗਰ ਨਾ ਜਾਓ ਮੈਂ ਕਿਸੇ ਵੀ ਬ੍ਰਾਂਡ ਨੂੰ ਨਹੀਂ ਇੱਥੇ ਕਿਹਾ ਕਿਸੇ ਵੀ ਬ੍ਰਾਂਡ ਦੇ ਮਗਰ ਨਾ ਜਾਓ ਓਕੇ ਓਕੇ ਜਿਹੜਾ ਬ੍ਰਾਂਡ ਆ ਉਹਨੇ ਨਾਲ ਆਪਣੇ ਬ੍ਰਾਂਡ ਦੇ ਵੀ ਪੈਸੇ ਕੱਟਣੇ ਆ ਤੇ ਖੇਤੀ ਦੇ ਵਿੱਚੋਂ ਖਰਚੇ ਘਟਾਈਏ ਜੇ ਆਪਾਂ ਨੂੰ ਥੋੜੇ ਜਿਹਾ ਆਪਾਂ ਐਜੂਕੇਟ ਹੋ ਕੇ ਉਸ ਚੀਜ਼ ਨਾਲ ਖੇਤੀ ਕਰੀਏ ਆਪਾਂ ਇਹ ਸਮਝੀਏ ਕਿ ਜੇ ਬ੍ਰਾਂਡ ਆ ਜਿਹੜਾ ਉਹ ਸਪਰੇਅ ਦੇ ਰਿਹਾ ਆ ਉਹਦੇ ਵਿੱਚ ਕਿਹੜਾ ਟੈਕਨੀਕਲ ਆ ਉਸ ਟੈਕਨੀਕਲ ਦਾ ਜਿਹੜਾ ਆਪਾਂ ਯੂਜ਼ ਕਰੀਏ ਕਿਸੇ ਹੋਰ ਲੋਕਲ ਚੁੱਕ ਲਈਏ ਕਹਿ ਸਕਦੇ ਬਈ ਹੋਰ ਯਾਨੀ ਕੰਪਨੀ ਚ ਵੀ ਮਿਲਦੇ ਆ ਬਾਜ਼ਾਰਾਂ ਦੇ ਵਿੱਚ ਵੱਖ-ਵੱਖ ਕੰਪਨੀਆਂ ਚ ਮਿਲ ਜਾਂਦੇ ਆ ਉਹ ਟੈਕਨੀਕਲ ਸੋ ਆਪਾਂ ਉਹਨਾਂ ਨੂੰ ਪਹਿਲ ਦਈਏ ਉਹਨਾਂ ਕੀ ਹੈ ਆਪਣਾ ਖੇਤ ਦੇ ਮਗਰ ਜਾਂ ਕਫੰਗੀ ਸਾਈਡ ਮਗਰ 250 200 ਰੁਪਏ ਬਚਦਾ ਹੈ ਤਾਂ ਆਪਣੀ ਐਵਰੇਜ ਖੇਤੀ ਦੇ ਵਿੱਚੋਂ ਫਰਕ ਪੈ ਜਾਂਦਾ ਹੈ ਉਕੇ ਬ੍ਰਾਂਡ ਦਾ ਹੋਰ ਤਾਂ ਕੋਈ ਫਾਇਦਾ ਹੈ ਨਹੀਂ ਹੈ ਦੇ ਉਹਦੇ ਵਿੱਚ ਵੀ ਉਹੀ ਟੈਕਨੀਕਲ ਹੀ ਹੈ ਸੋ ਮੈਂ ਤੁਹਾਨੂੰ ਮੁਜਾਰਾ ਸਮਾਂ ਨਾ ਵੇਸਟ ਕਰਦਾ ਹੋਇਆ ਇਹ ਦੱਸਦਾ ਕਿ ਕਿਹੜੇ ਕਿਹੜੇ ਟੈਕਨੀਕਲ ਆਪਾਂ ਯੂਜ਼ ਕਰ ਸਕਦੇ ਹਾਂ ਜੀ ਸਭ ਤੋਂ ਪਹਿਲਾਂ ਇਹਨਾਂ ਨੂੰ ਥੋੜਾ ਜਿਹਾ ਇੱਕ ਇਹਨੂੰ ਯਾਦ ਰੱਖਣ ਦਾ ਸੌਖਾ ਤਰੀਕਾ ਹੈ ਜ਼ੋਲ ਤੇ ਸਟ੍ਰੋਬਿਨ ਇਹ ਜਦੋਂ ਆਪਾਂ ਦੋ ਹਨਾ ਜਿਹੜੇ ਟੈਕਨੀਕਲ ਹੈ ਜਿਨ੍ਹਾਂ ਦੇ ਮਗਰ ਇਹ ਕਾਂ ਦਾ ਜ਼ੋਲ ਪਲੱਸ ਸਟ੍ਰੋਬਿਨ ਇਹ ਆ ਰਿਹਾ ਆ ਉਹ ਟੈਕਨੀਕਲ ਹੈ ਜਿਹੜਾ ਮੋਸਟਲੀ ਵਧੀਆ ਹੀ ਹੈ ਆਪਣੇ ਝੋਨੇ ਦੀ ਫਸਲ ਲਈ ਕਾਫੀ ਜ਼ਿਆਦਾ ਵਧੀਆ ਟੈਕਨੀਕਲ ਕਹਿ ਲਓ ਉਹਨੂੰ ਤੁਹਾਨੂੰ ਹੁਣ ਕੁਝ ਐਗਜ਼ਾਮਪਲਾਂ ਦਿੰਨੇ ਆ ਦੇਣਾ ਉਹਨਾਂ ਦੇ ਵਿੱਚੋਂ ਜਿਹੜਾ ਤੁਹਾਨੂੰ ਵਧੀਆ ਲੱਗਦਾ ਹੈ ਉਸ ਟੈਕਨੀਕਲ ਦਾ ਕਿਸੇ ਵੀ ਬ੍ਰਾਂਡ ਦਾ ਕੋਈ ਜ਼ਿਆਦਾ ਵੱਡੇ ਬ੍ਰਾਂਡ ਮਗਰ ਨਾ ਜਾਇਓ ਜੇ ਖਰਚਾ ਘੱਟ ਕਰਨਾ ਹੈ ਤੇ ਅਸਰ ਹਾਂਜੀ ਉਨਾ ਹੀ ਹੁੰਦਾ ਹੈ ਸੋ ਇਹ ਵੀ ਨਹੀਂ ਸੋਚਣਾ ਕਿ ਜੇ ਸਸਤਾ ਹੈ ਤਾਂ ਅਸਰ ਨਹੀਂ ਹੈ ਤੁਹਾਨੂੰ ਜੇ ਸਾਲਟ ਦੀ ਨੌਲੇਜ ਹੋਊਗੀ ਹੈਨਾ ਟੈਕਨੀਕਲ ਦੀ ਨੌਲੇਜ ਹੋਊਗੀ ਫਿਰ ਤੁਸੀਂ ਆਟੋਮੈਟਿਕਲੀ ਇਹ ਚੀਜ਼ ਸਮਝ ਚੁੱਕੇ ਹੋਗੇ ਸੋ ਮੈਂ ਹੁਣ ਤੁਹਾਨੂੰ ਦੱਸ ਦਿੰਦਾ ਆ ਟੈਬੂਕੋਨਾਜ਼ੋਲ ਪਲੱਸ ਅਜ਼ੋਕਸੀਸਟ੍ਰੋਬਿਨ ਇਹ ਵੀ ਵਧੀਆ ਕੰਬੀਨੇਸ਼ਨ ਟੈਬੂਕੋਨਾਜ਼ੋਲ ਪਲੱਸ ਟਰਾਈਫਲੋਕਸੀਸਟ੍ਰੋਬਿਨ ਇਹ ਵੀ ਵਧੀਆ ਆ ਇਹ ਨੈਟਿਵੋ ਵਾਲਾ ਸਾਲਟ ਆ ਹੋਰਾਂ ਦੇ ਵਿੱਚ ਵੀ ਮਿਲ ਜਾਂਦਾ ਆ ਇਸ ਤੋਂ ਇਲਾਵਾ ਅਜ਼ੋਕਸੀਸਟ੍ਰੋਬਿਨ ਪਲੱਸ ਡਾਈਫਨ ਡਾਈਫੈਨੋਕੋਨਾਜ਼ੋਲ ਇਹ ਐਮਈ ਸਟਾਰਟਅਪ ਵਾਲਾ ਟੈਕਨੀਕਲ ਆ ਇਹ ਵੀ ਵਧੀਆ ਆ ਤੇ ਇਸ ਤੋਂ ਇਲਾਵਾ ਥਾਈਫਲੂਜ਼ਮਾਈਡ ਉਹ ਵੀ ਵਧੀਆ ਆ ਹੈਕਜ਼ਾਕੋਨਾਜ਼ੋਲ ਪਲੱਸ ਜਨੇਬ ਉਹ ਵੀ ਵਧੀਆ ਆ ਉਸ ਤੋਂ ਇਲਾਵਾ ਪਿਕੌਕਸੀ ਸਟ੍ਰੋਬਿਨ ਪਲੱਸ ਪ੍ਰੋਪੀਕੋਨਾਜ਼ੋਲ ਗੈਲੀਲਿਓ ਵੇ ਵਾਲਾ ਇਹ ਵੀ ਵਧੀਆ ਆ ਤੇ ਇਹ ਹੈਗੇ ਜੇ ਆਪਾਂ ਇਹਨਾਂ ਦੇ ਵਿੱਚੋਂ ਕੋਈ ਵੀ ਕੋਈ ਬ੍ਰਾਂਡ ਨੂੰ ਨਹੀਂ ਜਾਣਾ ਇਹ ਫੇਕ ਕਰ ਰਹੇ ਆ ਆਪਾਂ ਕਿਸੇ ਵੀ ਕੰਪਨੀ ਦਾ ਜੇ ਤੁਹਾਡੀ ਇੱਛਾ ਹੈ ਬਾਕੀ ਜੇ ਤੁਸੀਂ ਕਰਨਾ ਹੈ ਬ੍ਰਾਂਡ ਦਾ ਉਹ ਤੁਹਾਡੀ ਆਪ ਦੀ ਇੱਛਾ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਹਾਂਜੀ ਤੁਸੀਂ ਐਡਜਸਟ ਕਰ ਸਕਦੇ ਆ ਖਰਚੇ ਤੇ ਫਿਰ ਤੁਸੀਂ ਕਰ ਸਕਦੇ ਆ ਬ੍ਰਾਂਡ ਚ ਵੀ अदरवाइज ਹੋਰ ਲੋਕਲ ਵੀ ਮਿਲਦੇ ਆ ਹੋਰ ਕੰਪਨੀਆਂ ਦੇ ਵਿੱਚ ਵੀ ਮਿਲਦੇ ਆ ਜਾਨੀ ਕਹਿੰਦਾ ਭਾਵੇਂ ਆ ਉਹਨਾਂ ਦੇ ਵਿੱਚ ਵੀ ਕਰ ਸਕਦੇ ਆ ਚੀਜ਼ ਉਹੀ ਹੁੰਦੀ ਆ ਕਿਉਂਕਿ ਮੈਂ ਮੇਰੇ ਖੇਤ ਦੇ ਵਿੱਚ ਹਮੇਸ਼ਾ ਕਰਦਾ ਹੀ ਸਾਲਟ ਦੇਖ ਕੇ ਆ ਬ੍ਰਾਂਡ ਦੇਖ ਕੇ ਨਹੀਂ ਕਰਦਾ ਤੇ ਅਸਰ ਵੀ ਮੈਨੂੰ ਪੂਰਾ ਮਿਲਦਾ ਆ ਉਸ ਤੋਂ ਬਾਅਦ ਹੋਣ ਗੱਲ ਆ ਜਾਂਦੀ ਇਨਸੈਕਟੀਸਾਈਡਸ ਵੀ ਦੇਖੋ ਗੱਲਾਂ ਦੋ ਹੀ ਨੇ ਜੇ ਆਪਾਂ ਵਧੀਆ ਇਨਸੈਕਟੀਸਾਈਡ ਕਰ ਦਵਾਂਗੇ ਤਾਂ ਉਹਦਾ ਆਪਾਂ ਨੂੰ ਫਾਇਦਾ ਆ। ਵਧੀਆ ਫੰਗੀਸਾਈਡ ਕਰ ਦਵਾਂਗੇ ਉਹਦਾ ਆਪਾਂ ਨੂੰ ਫਾਇਦਾ ਆ। ਸਾਲਟ ਸਾਰੇ ਵਧੀਆ ਨੇ। ਤੁਹਾਨੂੰ ਮੈਂ ਇਹ ਦੱਸ ਦਿੰਨਾ ਜੇ ਤੁਸੀਂ ਚਲੋ ਗੋਭਾਂ ਭਰਨ ਦੇ ਟਾਈਮ ਹਜੇ ਹੁਣ ਕਰਨੀਆਂ ਹਜੇ ਝੋਨਾ ਨਹੀਂ ਨਿਸਰਿਆ। ਇਸ ਟਾਈਮ ਤੱਕ ਕੀਤਾ ਹੋਇਆ ਵਧੀਆ ਫੰਗੀਸਾਈਡ ਤੁਹਾਡਾ ਕਦੇ ਵੀ ਪੈਸਾ ਵੇਸਟ ਨਹੀਂ ਹੋਣ ਦੇਵੇਗਾ ਤੇ ਝਾੜ ਦੇ ਵਿੱਚ ਤੁਹਾਨੂੰ ਵਧੀਆ ਅਸਰ ਦਿਖਾ ਦੇਵੇਗਾ। ਠੀਕ ਹੈ ਨਾ? ਸੋ ਤੁਸੀਂ ਜੇ ਇਸ ਟਾਈਮ ਤੇ ਕਰਨਾ ਹੈ ਮੇਰੇ ਹਿਸਾਬ ਦੇ ਨਾਲ ਮੈਂ ਆਪਣੇ ਖੇਤ ਦੇ ਵਿੱਚ ਵੀ ਉਹੀ ਕਰਾਂਗਾ। ਕੱਲ ਨੂੰ ਜਾਂ ਪਰਸੋਂ ਨੂੰ ਮੈਂ ਕਿ ਮੇਰੇ ਇਸ ਖੇਤ ਦੇ ਵਿੱਚ ਸਪਰੇਅ ਹੋਵੇਗੀ। ਤੇ ਇਹਦੇ ਵਿੱਚ ਜਿਹੜਾ ਆਪਾਂ ਕਰਨਾ ਆ ਮੈਂ ਕਰਨ ਜਾ ਰਿਹਾ ਆ ਉਹ ਟੈਬੂਕੋਨਾਜ਼ੋਲ ਪਲੱਸ ਅਜ਼ੋਕਸੀ ਸਟ੍ਰੋਬਿਨ ਟੈਬੂਕੋਨਾਜ਼ੋਲ ਪਲੱਸ ਅਜ਼ੋਕਸੀ ਸਟ੍ਰੋਬਿਨ ਇਹ ਜਿਹੜਾ ਸਾਲਟ ਆ ਇਹ ਦੇਖੋ ਇੰਨਾ ਕੁ ਜ਼ਿਆਦਾ ਐਨਰਜੈਟਿਕ ਸਾਲਟ ਆ ਕਿ ਜੇ ਆਪਾਂ ਚਲੋ ਆ ਬਾਹਰੋਂ ਤਾਂ ਨਹੀਂ ਕੋਈ ਵੀ ਲੱਛਣ ਦਿਖ ਰਿਹਾ ਕਿਸੇ ਬਿਮਾਰੀ ਦਾ ਪਰ ਜੇ ਇਹਦੇ ਵਿੱਚ ਕੋਈ ਬਿਮਾਰੀ ਹੋਊਗੀ ਵੀ ਥੋੜੀ ਬਹੁਤੀ ਸ਼ੁਰੂ ਹੋਈ ਹੋ ਫੰਗਸ ਹੋਊਗੀ ਵੀ ਸੀਥ ਫਲਾਈਟ ਹੋਗੀ ਟੋਟਲੀ ਰੋਕ ਕੇ ਉਹਨੂੰ ਖਤਮ ਕਰ ਦਊਗਾ ਕਿਉਂਕਿ 1 ਸਾਲ ਹੋ ਚੁੱਕਾ ਸੀ ਇਦਾਂ ਤੇ ਇਹਨੇ ਬਿਲਕੁਲ ਰੋਕ ਲਾਤੀ ਸੀ ਤੇ ਐਂਡ ਤੱਕ ਫੇ ਛੋਣੇ ਤੇ ਹੋਰ ਸਪਰੇਅ ਦੀ ਲੋਡ ਨਹੀਂ ਪਈ ਸੀ ਤੇ ਇਹ ਦੇਖ ਲਓ ਬਈ ਜਿਹੜਾ ਟੈਬੂਕੋਨਜ਼ੋਲ ਆ ਇਹ ਨੈਟਿਵੋ ਦੇ ਵਿੱਚ ਹੈ ਜਿਹੜਾ ਅਜ਼ੋਕਸੀਸਟ੍ਰੋਬੀਨ ਆ ਇਹ ਐਮਈ ਸਟਾਰ ਦੇ ਵਿੱਚ ਹੈ ਤੇ ਇਹਨਾਂ ਦੋਨਾਂ ਦੇ ਕੰਬੀਨੇਸ਼ਨ ਦੇ ਵਿੱਚ ਇੱਕ ਆਉਂਦਾ ਹੈ ਸਾਲਟ ਮੈਂ ਉਹ ਵੱਖਰੀ ਵੀਡੀਓ ਬਣਾਉਂਗਾ ਰੋਕਸੀਸਟ੍ਰੋਬਿਨ ਪਲਸ ਟੈਬੂਗੋਨਾਜ਼ੋਲ ਇਹਨਾਂ ਦੀ ਵੱਖਰੀ ਵੀਡੀਓ ਇੱਕ ਬਣਾਉਂਗਾ ਜਿਸ ਟਾਈਮ ਮੈਂ ਆਪਣੇ ਖੇਤ ਦੇ ਵਿੱਚ ਸਪਰੇਅ ਕਰਾਂਗਾ ਉਹ ਤੁਹਾਨੂੰ ਦਿਖਾ ਲ ਦੇਵਾਂਗਾ ਕਿ ਹੋਰ ਕੰਪਨੀ ਦੇ ਵਿੱਚ ਵੀ ਮਿਲਦਾ ਹੈ ਤੇ ਲੋਕਲ ਦੇ ਵਿੱਚ ਉਹ ਕਿੰਨੇ ਦਾ ਆਪਾਂ ਨੂੰ ਪੈਂਦਾ ਹੈ ਤੇ ਅਦਰਵਾਈਜ਼ ਉਹ ਕਿੰਨੇ ਦਾ ਪੈਂਦਾ ਹੈ ਠੀਕ ਹੈ ਨਾ ਤੇ ਇਹਨਾਂ ਚੀਜ਼ਾਂ ਦਾ ਥੋੜਾ ਜਿਹਾ ਧਿਆਨ ਰੱਖੀਏ ਕਿ ਆਪਾਂ ਇਹ ਜਿਹੜੀ ਸਪਰੇਅ ਕਰਨੀ ਹੈ ਵਧੀਆ ਟੈਕਨੀਕਲ ਹੋਣਾ ਕਰਦੀ ਹੈ ਇਨਸੈਕਟੀਸਾਈਡ ਵੀ ਵਧੀਆ ਟੈਕਨੀਕਲ ਦਾ ਕਰਦੀ ਹੈ ਫਾਰ ਐਗਜ਼ਾਮਪਲ ਕਲੋਰੈਂਟ੍ਰਾਨੀਲਿਪਰੋਲ ਹੋ ਗਿਆ ਤੇ ਫਲੂਬੈਂਡਾਇਮਾਈਡ ਹੋ ਗਿਆ ਤੇ ਆਪਣਾ ਟਕੂਮੀ ਵਾਲਾ ਸਾਲਟ ਵੀ ਉਹੀ ਹਾਂਜੀ ਫਲੂਬੈਂਡਾਇਮਾਈਡ 20% ਹੁੰਦਾ ਹੈ ਉਹ ਚ ਵੀ ਤੇ ਇਹਨਾਂ ਚੀਜ਼ਾਂ ਦੇ ਨਾਲ ਕੀ ਹੈ ਜੇ ਆਪਾਂ ਵਧੀਆ ਇਨਸੈਕਟੀਸਾਈਡ ਕੀਤਾ ਹੋਊਗਾ ਤਾਂ ਆਪਣੀ ਫਸਲ ਦੇ ਉੱਪਰ ਹਮਲਾ ਜਿਹੜਾ ਆ ਕੀਟਾਂ ਦਾ ਵੀ ਨਹੀਂ ਹੋਵੇਗਾ ਵਧੀਆ ਨਸਾਰਾ ਵੀ ਹੋਵੇਗਾ ਫੰਗਸਾਂ ਤੋਂ ਵੀ ਬਚੀ ਹੋਊ ਰਹੂਗੀ ਫਸਲ ਹਨਾ ਸੋ ਕੋਸ਼ਿਸ਼ ਕਰਿਆ ਕਰੀਏ ਥੋੜੀ ਜਿਹੀ ਆਪਾਂ ਜ਼ਿਆਦਾ ਨਹੀਂ ਆਪਣੀ ਫਸਲ ਆ ਜਿਹੜੀ ਇੱਚੇ ਤਾਂ ਆਪਾਂ ਘੁੰਮਦੇ ਫਿਰਦੇ ਹਾਂ ਹਨਾ ਹੁਣੇ ਮੈਂ ਘੁੰਮ ਰਿਹਾ ਆ ਤਾਂ ਇੱਥੇ ਮੈਂ ਦੇਖਾਂ ਕਿ ਮੇਰੀ ਫਸਲ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆ ਕੋਈ ਅਟੈਕ ਹੋ ਤਾਂ ਨਹੀਂ ਚੁੱਕਾ ਨਹੀਂ ਹੋਇਆ ਨਾ ਇਹ ਆਪਣੇ ਲਈ ਬਹੁਤ ਵਧੀਆ ਗੱਲ ਹੁੰਦੀ ਹੈ ਤੇ ਆਪਾਂ ਨੂੰ ਖੁਸ਼ੀ ਹੁੰਦੀ ਹੈ ਕਿ ਸਾਡੀ ਜਿਹੜੀ ਫਸਲ ਆ ਉਹ ਸੁਰੱਖਿਅਤ ਆ ਹੁਣ ਜਦੋਂ ਤੁਸੀਂ ਆ ਦੇਖੋ ਕਿ ਆ ਨੋਕਾਂ ਜੀਆਂ ਜਿਹਦਾ ਬਰਨ ਹੋ ਰਹੀਆਂ ਐ ਅੱਜਕੱਲ ਕਾਫੀ ਜ਼ਿਆਦਾ ਕਿਸਾਨ ਕਹਿ ਰਹੇ ਆ ਕਿ ਨੋਕਾਂ ਵਰਨ ਹੁੰਦੀਆਂ ਆ ਜਾਂ ਝੋਨਾ ਉੱਪਰੋਂ ਉੱਪਰੋਂ ਥੋੜੀ ਥੋੜੀ ਨੋਕਾਂ ਦੇ ਉੱਪਰੋਂ ਲਾਲੀ ਲਾਲੀ ਜਾਂ ਪੀੜਾ ਪੀੜੀ ਜਿਹੀ ਸ਼ੇਡ ਮਾਰ ਰਿਹਾ ਹੈ ਉਦੇ ਬਾਰੇ ਤੁਹਾਨੂੰ ਕਈ ਵੀਡੀਓ ਡਰਾਉਣ ਵਾਲੀਆਂ ਵੀ ਤੁਸੀਂ ਦੇਖੀਆਂ ਹੋਣਗੀਆਂ ਪਰ ਮੈਂ ਤੁਹਾਨੂੰ ਕੱਲ ਨੂੰ ਉਹਦੇ ਰਿਗਾਰਡਿੰਗ ਵੀ ਕੋਸ਼ਿਸ਼ ਕਰਾਂਗਾ ਕਿ ਇੱਕ ਵੀਡੀਓ ਪਾਵਾਂ ਕਿਉਂਕਿ ਕਈ ਚੀਜ਼ਾਂ ਜਿਹੜੀਆਂ ਉਹ ਕੁਦਰਤ ਦੇ ਕਾਰਨਾ ਕਰਕੇ ਵੀ ਹੋ ਜਾਂਦੀਆਂ ਹਨ ਪਰ ਆਪਾਂ ਥੋੜੇ ਜਿਹਾ ਡਰ ਜਾਂਦੇ ਆ ਤੇ ਡਰ ਜਾਇਜ਼ ਹੁੰਦਾ ਹੈ ਕਿਉਂਕਿ ਆਪਾਂ ਮਿਹਨਤ ਕੀਤੀ ਹੁੰਦੀ ਹੈ ਸੋ ਤੁਹਾਨੂੰ ਉਹਦੇ ਬਾਰੇ ਵੀ ਵੀਡੀਓ ਪਾਵਾਂਗਾ ਜਿਹੜਾ ਆਪਣਾ ਝੋਨਾ ਆ ਇਹ ਇਸ ਟਾਈਮ ਇਸ ਸਾਧਿਆ ਜਿਹੜਾ ਤੁਸੀਂ ਦੇਖ ਰਹੇ ਆ ਇਹ ਹੈਗਾ ਆਪਣਾ ਸੁਪਰੀਮ 110 ਤੇ ਇੱਧਰ ਹੈਗਾ ਜੀ ਜਿਹੜਾ ਇਹ ਵਾਲਾ ਆ ਏ ਆਪਣਾ 88y ਤੁਸੀਂ ਵੀਡੀਓ ਦੇਖ ਹੀ ਲਿਆ ਹੋਣਾ ਚੋ ਨਾ ਇਹਨਾਂ ਦੇ ਬਾਰੇ ਮੈਂ ਪਹਿਲਾਂ ਬਾਤ ਚੁੱਕਾ ਆ ਸੋ ਜਿਹੜੀ ਇਹ ਵੀਡੀਓ ਹੈ ਇਹਨੂੰ ਲਾਈਕ ਕਰ ਦਿਓ ਜੇਕਰ ਵਧੀਆ ਲੱਗੀ ਹੈ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਸਾਰੀ ਜਾਣਕਾਰੀ ਇਹਦੇ ਵਿੱਚ ਦੇਣ ਦੀ ਤੇ ਜਿੰਨਾ ਮੈਨੂੰ ਪਤਾ ਜੀ ਬਾਕੀ ਹੋਰ ਜੋ ਵੀ ਹੋਊਗੀ ਅਗਲੀ ਜਾਣਕਾਰੀ ਉਹ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਵੇਗੀ ਵੀਡੀਓ ਵਧੀਆ ਲੱਗੀ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਧੰਨਵਾਦ ਜੀ